ਅੱਜ ਦਾ ਅਨਮੋਲ ਬਚਨ ਜ਼ਿੰਦਗੀ ਵਿੱਚ ਨਿੱਜੀ ਲੋੜਾਂ ਨੂੰ ਘਟਾਓ, ਸੁੱਖ ਇਸ ਵਿੱਚ ਹੀ ਹੈ। ਜਿਉਂ ਜਿਉਂ ਤੁਹਾਡੀਆਂ ਨਿੱਜੀ ਲੋੜਾਂ ਦਾ ਪਸਾਰਾ ਹੁੰਦਾ ਜਾਏਗਾ, ਤਿਉਂ ਤਿਉਂ ਤੁਹਾਡਾ ਪ੍ਰਾਈਵੇਟ ਜੀਵਨ ਗੁੰਝਲਦਾਰ, ਬੋਝਲ, ਦੁੱਖਦਾਇਕ ਅਤੇ ਫਿਕਰਮੰਦ ਬਣਦਾ ਚਲਿਆ ਜਾਏਗਾ। ਅਰਥਾਤ ਬੇਕਾਬੂ ਅਤੇ ਵਿੱਤੋਂ ਬਾਹਰ ਨਿੱਜੀ ਲੋੜਾਂ ਦਾ ਪਸਾਰਾ ਅਨਮੋਲ ਜ਼ਿੰਦਗੀ ਦਾ ਮਜ਼ਾ ਕਿਰਕਰਾ ਕਰ ਦਿੰਦਾ ਹੈ।